ਮੈਂ ਕਿਹਾ ਜੇ ਕਦੀ ਕੋਈ ਬੰਦਾ ਸੋਚ ਲਵੇ ਕਿ ਬਾਬਾ ਜੁਝਾਰ ਸਿੰਘ ਜੀ ਕਿਸੇ ਤਰੀਕੇ ਨਾਲ ਉਸ ਜੰਗ ਦੇ ਵਿੱਚ ਬਚ ਜਾਂਦੇ, ਜਸਟ ਇੱਕ ਸਨੈਰੀਓ ਲੈ ਲਓ ਕਿ ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਨਾ ਹੁੰਦੀ, ਇਕੱਲੇ ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਹੋ ਜਾਂਦੀ, ਅਤੇ ਬਾਬਾ ਜੁਝਾਰ ਸਿੰਘ ਜੀ ਫਿਰ ਉਹਨਾਂ ਦਾ ਵਿਆਹ ਹੋ ਜਾਂਦਾ, ਉਹਨਾਂ ਦੇ ਗਾਹਾਂ ਬੱਚੇ ਹੋ ਜਾਂਦੇ, ਉਹ ਬੱਚਿਆਂ ਦੀ ਹੁਣ ਇਸ ਵੇਲੇ ਕਿਤੇ ਨਾ ਕਿਤੇ ਕੋਈ ਪੁਸ਼ਤ ਜਿਉਂਦੀ ਹੁੰਦੀ। ਅਤੇ ਜੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਤੁਹਾਡੇ ਮਨ ਦੇ ਵਿੱਚ ਕਿਸ ਕਿਸਮ ਦੀ ਭਾਵਨਾ ਹੈ ਜੀ, ਅਤੇ ਵੀ ਤੁਹਾਡਾ ਜਿਹੜਾ ਪਰਿਵਾਰ ਹੈ ਗੁਰੂ ਗੋਬਿੰਦ ਸਿੰਘ ਜੀ ਨਾਲ ਡਾਇਰੈਕਟ ਉਹਦਾ ਬਲੱਡ ਰਿਲੇਸ਼ਨਸ਼ਿਪ ਹੈ, ਅਤੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਬੱਚਿਆਂ ਦੇ ਵਿੱਚ, ਉਹਨਾਂ ਲੋਕਾਂ ਦੇ ਵਿੱਚ ਕਿਸ ਕਿਸਮ ਦੀ ਭਾਵਨਾ ਹੋਏਗੀ ਕਿ ਜੀ ਸਾਡਾ ਡਾਇਰੈਕਟ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਸ਼ਨ ਹੈ, ਅਸੀਂ ਉਹਨਾਂ ਦੀ 7ਵੀਂ 8ਵੀਂ ਪੀੜ੍ਹੀ ਹੈਗੇ ਹਾਂ, ਉਹ ਕਿਸ ਤਰ੍ਹਾਂ ਕੁ ਫੁੱਲੇ ਸਮਾਉਂਦੇ ਹੋਣਗੇ ਆਪਣੇ ਆਪ ਨੂੰ, ਕਿਸ ਤਰ੍ਹਾਂ ਉਹ ਜ਼ਮੀਨ ਦੇ ਵਿੱਚ ਉਹਨਾਂ ਦੇ ਪੈਰ ਨਹੀਂ ਲੱਗਦੇ ਹੋਣਗੇ, ਕਿਉਂਕਿ ਉਹਨਾਂ ਦਾ ਡਾਇਰੈਕਟ ਬਲੱਡ ਰਿਲੇਸ਼ਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ। ਪਰ ਵੀਰੋ ਅਤੇ ਭੈਣੋ, ਮੈਂ ਇਹ ਦੱਸਣਾ ਚਾਹੁੰਦਾ ਅਤੇ ਜਿਹੜੇ ਨੌਜਵਾਨ ਵੀਰ ਦੇਖ ਰਹੇ ਨੇ ਇਸ TV ਨੂੰ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਚਾਰ ਮੋਹੇ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਵੀ ਆਰ ਆਲਸੋ ਡਾਇਰੈਕਟ ਡਿਸੈਂਡੈਂਟਸ ਆਫ ਗੁਰੂ ਗੋਬਿੰਦ ਸਿੰਘ ਜੀ, ਅਸੀਂ ਵੀ ਉਸ ਪਿਤਾ ਦੇ ਖੁਦ ਆਪ ਉਹਨਾਂ ਦੇ ਰਿਸ਼ਤੇ ਦੇ ਵਿੱਚ ਆਉਂਦੇ ਹਾਂ, ਕਿਉਂਕਿ ਉਹ ਆਪ ਕਹਿ ਕੇ ਕਹਿੰਦੇ ਕਿ ਤੁਸੀਂ ਮੇਰੀ ਪੁਸ਼ਤ ਹੈਗੇ ਹੋ। ਸੋ ਜਿਸ ਤਰ੍ਹਾਂ ਇੱਕ ਜਿਹੜਾ ਡਾਇਰੈਕਟ ਰਿਲੇਸ਼ਨਸ਼ਿਪ ਵਾਲਾ ਬੰਦਾ ਇੱਕ ਛਾਤੀ ਤਾਣ ਕੇ ਹਰ ਦੁਨੀਆ ਨੂੰ ਦੱਸਣ ਦੇ ਵਿੱਚ ਖੁਸ਼ੀ ਮਹਿਸੂਸ ਕਰਦਾ ਹੋਵੇਗਾ, ਉਹੀ ਸਾਡੀ ਭਾਵਨਾ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਸਾਡੇ ਵੀ ਜ਼ਮੀਨ ਦੇ ਉੱਤੇ ਪੈਰ ਨਹੀਂ ਲੱਗਣੇ ਚਾਹੀਦੇ ਇਸ ਖੁਸ਼ੀ ਦੇ ਵਿੱਚ ਕਿ ਅਸ ਉਸ ਪਰਮ ਪਿਤਾ ਦੇ ਡਾਇਰੈਕਟ ਡਿਸੈਂਡੈਂਟਸ ਹਾਂ, ਕਿ ਸਾਨੂੰ ਇਹ ਜਿਹੜੀ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਇਹ ਜਿਹੜੀ ਪਾਤਸ਼ਾਹੀ ਦਾ ਜਿਹੜਾ ਇਹ ਸਿੰਬੋਲਿਕ ਜਿਹੜਾ ਇੱਕ ਸਾਡੀ ਪੋਸ਼ਾਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਭਰ ਕੇ ਦਿੱਤਾ ਕਿ ਸਾਈਨ ਆਫ ਰੋਇਲਟੀ, ਦੈਟ ਵੀ ਸ਼ੁੱਡ ਆਲਵੇਜ਼ ਫੀਲ ਦੈਟ ਵੀ ਆਰ ਸਪੈਸ਼ਲ ਬੀਇੰਗਸ। ਅਤੇ ਗੁਰੂ ਸਾਹਿਬ ਜੀ ਨੇ ਕਹਿਣਾ ਵੀ ਤੇਜ ਦਿਓ ਮੈਂ ਸਾਰਾ। ਅਤੇ ਜੇ ਕਿਸੇ ਬੰਦੇ ਨੂੰ ਕੋਈ ਇਹ ਪਤਾ ਲੱਗ ਜਾਏ, ਜਿਸ ਤਰ੍ਹਾਂ ਉਹ ਮੂਵੀ ਆਈ ਸੀਗੀ ਹੁਣੇ, ਹੋਰ ਕਿਸਮ ਇਸ ਕਿਸਮ ਦੀਆਂ ਜਿਹੜੀਆਂ ਮੂਵੀਜ਼ ਆਉਂਦੀਆਂ ਨੇ ਉਹ ਦਿਖਾਉਂਦੇ ਨੇ ਕਿ ਜੀ ਉਹਦੇ 'ਚ ਸਡਨਲੀ ਇੱਕ ਪਾਵਰ ਆ ਜਾਂਦੀ ਹੈ ਅਤੇ ਉਹ ਬੰਦਾ ਪਾਵਰ ਦੇ ਜਾ ਕੇ ਕਈ ਕੁਛ ਉਹਦੇ ਵਿੱਚ ਸ਼ਕਤੀ ਆ ਜਾਂਦੀ ਹੈ ਅਤੇ ਸਡਨਲੀ ਉਹ ਹਰ ਚੀਜ਼ ਕਰਨ ਦੇ ਵਿੱਚ ਕਾਬਲ ਹੋ ਜਾਂਦਾ, 10 ਬੰਦਿਆਂ ਨੂੰ ਪਕੜ ਕੇ ਸਿੱਟ ਦਿੰਦਾ, ਜਾਂ ਉਹਦੇ 'ਚ ਸਰੀਰਕ ਸ਼ਕਤੀ ਮਾਨਸਿਕ ਸ਼ਕਤੀ ਇੰਨੀ ਕੁ ਆ ਜਾਂਦੀ ਹੈ। ਪਰ ਵੀਰੋ ਅਤੇ ਭੈਣੋ, ਮੈਂ ਇਹ ਦੱਸਣਾ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਇਹ ਵੀ ਕਹਿ ਗਏ ਨੇ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਕੰਪਲੀਟ ਅਵੇਲੇਬਿਲਿਟੀ ਆਫ ਇੰਟਾਇਰ ਪਾਵਰ ਆਫ ਗੁਰੂ ਗੋਬਿੰਦ ਸਿੰਘ ਜੀ ਇਜ਼ ਅਵੇਲੇਬਲ ਟੂ ਅਸ ਐਵਰੀ ਮੂਮੈਂਟ ਆਫ ਆਰ ਐਗਜ਼ਿਸਟੈਂਸ ਔਨ ਦਿਸ ਪਲੈਨਟ। ਹਰ ਵੇਲੇ ਉਹ ਜਿਹੜਾ ਉਹਨਾਂ ਦਾ ਤੇਜ ਹੈ ਸਾਨੂੰ ਸਰਾਊਂਡ ਕਰ ਸਕਦਾ, ਸਾਡੇ ਸਾਨੂੰ ਚੁੱਕ ਕੇ ਕਿਤੇ ਨਾ ਕਿਤੇ ਪਹੁੰਚਾ ਸਕਦਾ, ਪਰ ਸ਼ਰਤ ਹੈ ਕਿ ਅਸੀਂ ਉਸਨੂੰ ਇਨਵਾਈਟ ਕਰ ਸਕੀਏ ਆਪਣੇ ਜੀਵਨ ਦੇ ਵਿੱਚ, ਉਹਨੂੰ ਨਿਮੰਤਰਣ ਦੇ ਸਕੀਏ ਕਿ ਗੁਰੂ ਗੋਬਿੰਦ ਸਿੰਘ ਜੀ ਆਓ, ਮੈਂ ਤੁਹਾਡੀ ਉਹ ਤੇਜ ਨੂੰ ਲੈਣ ਲਈ ਤਿਆਰ ਹਾਂ ਅਤੇ ਮੈਂ ਆਪਣਾ ਨਿਆਰਾਪਨ ਕਾਇਮ ਰੱਖਣ ਲਈ ਤਿਆਰ ਹਾਂ। ਦ ਮੋਮੈਂਟ ਯੂ ਬਿਕਮ ਨਿਆਰਾ, ਯੂ ਬਿਕਮ ਦ ਸਾਰਾ, ਯੂ ਬਿਕਮ ਦ ਇਨਹੈਰੀਟਰ ਆਫ ਦੈਟ ਇਮੈਂਸ ਪਾਵਰ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅਵੇਲੇਬਲ ਕੀਤੀ ਹੋਈ ਹੈ।